ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਮੀਆਂ ਗੁਲਾਮ ਸਰਵਰ, ਪ੍ਰੈਜ਼ੀਡੈਂਟ ਮਾਲਕਾਨ ਭੱਠਾ ਯੂਨੀਅਨ, ਜ਼ਿਲ੍ਹਾ ਮੰਡੀ ਬਹਾਉਦੀਨ। ਮੈਂ ਡਿਸਟ੍ਰਿਕਟ ਪੁਲਿਸ ਮੰਡੀ ਬਹਾਉਦੀਨ ਅੱਗੇ ਮੁਤਾਲਬਾ ਕਰਦਾ ਕਿ ਜਿਹੜਾ ਵਕੂਆ ਕੱਲ੍ਹ ਹਮਜ਼ਾ ਵੜੈਚ ਨਾਲ ਸ਼ਹੀਦਾਂ ਵਾਲੀ ਡਕੈਤੀ ਹੋਈ ਹੈ, ਇਸ ਡਕੈਤੀ ਪੁਲਿਸ ਅੱਗੇ ਮੁਤਾਲਬਾ ਹੈ ਕਿ ਫਿਲ ਫੌਰ ਇਹਦੇ 'ਤੇ ਵਰਕਿੰਗ ਕਰਕੇ, ਇਸ ਦੀ ਢੂੰਡ ਕਰਕੇ, ਮੁਲਜ਼ਮ ਜਿਹੜੇ ਨੇ ਉਹਨਾਂ ਨੂੰ ਟਰੇਸ ਕਰਕੇ, ਉਹਨਾਂ ਨੂੰ ਕੈਸਰੇ ਕਿਰਦਾਰ ਤੱਕ ਪਹੁੰਚਾਇਆ ਜਾਏ। ਅਗਰ ਇਹ ਪੁਲਿਸ ਇਸ ਵਾਰਦਾਤ ਨੂੰ ਲਾਈਟ ਲੈਂਦੀ ਹੈ ਜਾਂ ਇਸ ਨੂੰ ਆਪਣਾ ਲੈਤੋ ਲਾਲ ਤੋਂ ਕੰਮ ਲੈਂਦੀ ਹੈ, ਤਾਂ ਅਸੀਂ ਪੂਰੀ ਡਿਸਟ੍ਰਿਕਟ ਮੰਡੀ ਬਹਾਉਦੀਨ ਦੇ ਭੱਠਾ ਮਾਲਕਾਂ ਦੀ ਤਰਫੋਂ ਇਤਜਾਜ ਕਰਨੇ ਦਾ ਹੱਕ ਕਾਇਮ ਰੱਖਦੇ ਹਾਂ। ਔਰ ਸਾਰੇ ਜਿਤਨੇ ਭੱਠਾ ਮਾਲਕਾਂ ਵ ਮਜ਼ਦੂਰ ਜਿਹੜੇ ਮੰਡੀ ਬਹਾਉਦੀਨ 'ਚੋਂ ਕੰਮ ਕਰ ਰਹੇ ਹਨ, ਉਹ ਅਸੀਂ ਇਤਜਾਜ ਰਿਕਾਰਡ ਕਰਾਵਾਂਗੇ ਭਰਪੂਰ ਤਰੀਕੇ ਨਾਲ ਹਰ ਜਗ੍ਹਾ 'ਤੇ, ਹਰ ਫੋਰਮ 'ਤੇ। ਲੇਕਿਨ ਅਸੀਂ ਇਹ ਇਸ ਤੋਂ ਪਹਿਲਾਂ ਪੁਲਿਸ ਨਾਲ ਇਹ ਮੁਤਾਲਬਾ ਕਰਦੇ ਹਾਂ ਔਰ ਤਵੱਕੋ ਰੱਖਦੇ ਹਾਂ ਕਿ ਸਾਡੇ ਵਕੂਏ ਨੂੰ ਫਿਰ ਜਲਦੀ ਜਲਦੀ ਟਰੇਸ ਕਰਕੇ ਮੁਲਜ਼ਮਾਂ, ਅਸਲ ਮੁਲਜ਼ਮਾਂ ਆਪਣਾ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਸਾਡਾ ਜਿਹੜਾ ਨੁਕਸਾਨ ਹੋਇਆ, ਜਿਹੜਾ ਡਕੈਤੀ ਹੋਈ ਹੈ, ਮਾਲ ਜਿਹੜਾ ਉਹ ਰਿਕਵਰ ਕਰਕੇ ਵਾਪਸ ਕੀਤਾ ਜਾਵੇ ਔਰ ਉਹਨਾਂ ਨੂੰ ਕਰਾਰ ਵਾਕਿਆ ਸਜ਼ਾ ਦਿੱਤੀ ਜਾਵੇ। ਅਸੀਂ ਸਾਰਾ ਡਿਸਟ੍ਰਿਕਟ ਮੰਡੀ ਬਹਾਉਦੀਨ ਦੇ ਜਿਤਨੇ ਭੱਠਾ ਮਾਲਕਾਂ ਨੂੰ ਉਹਨਾਂ ਨਾਲ ਮੁਸ਼ਾਵਰਤ ਤੋਂ ਬਾਅਦ ਬਿਆਨ ਜਾਰੀ ਕਰਦੇ ਹਾਂ, ਇਹ ਤਵੱਕੋ ਰੱਖਦੇ ਹਾਂ ਜ਼ਿਲ੍ਹਾ ਮੰਡੀ ਬਹਾਉਦੀਨ ਦੀ ਪੁਲਿਸ 'ਤੇ ਕਿ ਇਹ ਫਿਲ ਫੌਰ ਇਸ ਵਕੂ ਐਂਟਰੇਸ ਕਰਕੇ ਮੁਲਜ਼ਮ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਾਡਾ ਜਿਹੜਾ ਨੁਕਸਾਨ ਹੋਇਆ ਉਸ ਨੂੰ ਵਾਪਸ ਕੀਤਾ ਜਾਵੇ ਤਾਂ ਕਿ ਦਾਦਰਸੀ ਹੋ ਸਕੇ। ਥੈਂਕ ਯੂ।